ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਸਾਬਕਾ ਮਾਲ ਮੰਤਰੀ ਜਿਸ ਦੀ ਤਲਾਸ਼ ਪੰਜਾਬ ਦੀ ਪੁਲਿਸ ਕਰ ਰਹੀ ਹੈ ਵਿਕਰਮ ਸਿੰਘ ਮਜੀਠੇ ਦੇ ਭਾਲ ਵਿੱਚ 16 ਤੋਂ ਵੱਧ ਛਾਪੇ ਪੈ ਚੁੱਕੇ ਹੈ ਵਿਕਰਮ ਮਜੀਠੀਆ ਆਪਣੀ ਸਿਕਿਉਰਿਟੀ ਛੱਡ ਕੇ ਘਰ ਤੋਂ ਬਾਹਰ ਨਹੀਂ ਹੈ ਕਿੱਥੇ ਨੇ ਪੰਜਾਬ ਪੁਲਿਸ ਨੂੰ ਵੀ ਕੋਈ ਜਾਣਕਾਰੀ ਨਹੀਂ ਪੁਲਿਸ ਭਾਲ ਦੀ ਪਤਾ ਵਿਕਰਮ ਸਿੰਘ ਮਜੀਠੀਏ ਦਾ ਸਵਾਲ ਇਹ ਹੈ ਕਿ ਆਖਰਕਾਰ ਮਜੀਠੀਆ ਕਿਹੜੇ ਟਿਕਾਣੇ ਤੇ ਬੈਠੇ ਹੈ ਵਿਧਾਨ ਸਭਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਨੂੰ ਵਿਕਰਮਜੀਤਿਆ ਨੇ ਵੱਡਕਮਾਰੀ ਸੀ ਕਿ ਜੇਕਰ ਸਬੂਤ ਹੈ ਤਾਂ ਪਰਚਾ ਦਰਜ ਕਰਕੇ ਦਿਖਾਓ ਇਸ ਪੂਰੇ ਮਾਮਲੇ ਤੇ ਸਿਆਸਤ ਪੱਕੀ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਇਸ ਪੂਰੇ ਮੁੱਦੇ ਤੇ ਜਿੱਥੇ ਪ੍ਰतिकਰਮ ਦਿੱਤਾ ਉੱਥੇ ਹੀ ਸਿੱਧੂ ਨੂੰ ਮੁੱਖ ਸੂਤਰ ਧਾਰਕ ਦੱਸਿਆ ਜਾ ਰਿਹਾ ਹੈ ਯੂਥ ਅਕਾਲੀ ਦਲ ਦੇ ਲੀਡਰ ਪਰਵੰਤ ਸਿੰਘ ਬੰਟੀ ਰੁਮਾਨਾ ਨੇ ਵੱਡੇ ਇਲਜ਼ਾਮ ਲਗਾਏ ਨੇ ਕਿ ਵੈਂਡੇਟਾ ਪੋਲਿਟਿਕਸ ਕਰ ਰਹੇ ਹੋ ਸਮਾ ਸਮਰਥ ਹੁੰਦਾ ਹੈ ਸਮਾ ਇੱਕਸਾਰ ਨਹੀਂ ਰਹਿੰਦਾ 4 ਸਾਲ ਕੱਪੜੇ ਪਾਉਂਦਾ ਰਿਆ 4 ਸਾਲ ਉਹਨੂੰ ਬਚਾਉਂਦਾ ਰਿਆ ਤੇ ਇਹੀ ਕਹੂੰ ਹੋਰ ਕੀ ਕਹੂੰ ਸਿੱਧੂ ਸਾਹਿਬ ਤੇ ਮੈਂ ਅੱਜ ਵੀ ਪੁੱਛਦਾ ਆਂ ਵੀ ਰਿਪੋਰਟ ਖੜੇ ਜੇ ਰਿਪੋਰਟ ਇਹਨੇ ਕੁਝ ਬਣਾਇਆ ਹੀ ਨਹੀਂ ਤੇ ਦਿਖਾ ਲੋਕਾਂ ਨੂੰ ਮਾਰੋ ਜਿਹੜੇ ਠੋਕੇ ਇਹਨੂੰ 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 ਨੰਗਾ ਕਰੋ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਕਰੋ ਇਹਦਾ ਜਿਹੜਾ ਮੈਂ ਕਰ ਰਿਆ ਹੈ ਇਹ ਦਮ ਇਹ ਦਮ ਉਸੇ ਚ ਹੋ ਸਕਦਾ ਹੈ ਜਿਹੜਾ ਇਮਾਨਦਾਰ ਹੋਵੇ ਜੀ ਦਾ ਕੋਲ ਮੋਰਲ ਅਥਾਰਟੀ ਹੋਏ ਹਮਨ ਐਫ ਆਈ ਆਰਾਂ ਥਾਣਿਆਂ ਚ ਹੁੰਦੀਆਂ ਐ ਐਸ ਐਚਓ ਤਫਤੀਸ਼ ਕਰਦਾ ਤੇ ਫਿਰ ਐਫ ਆਈ ਆਰ ਹੁੰਦੀਆਂ ਪਰ ਇਹ ਜਿਹੜਾ ਕੇਸ ਐ ਇੱਕ ਵੱਖਰੀ ਮਾਪਦੰਡ ਇੱਕ ਵੱਖਰੇ ਤਰ੍ਹਾਂ ਦਾ ਕੇਸ ਇਹ ਸਰਕਾਰ ਨੇ ਬਣਾ ਕੇ ਰੱਖਤਾ ਜਿਹੜੀ ਮੈਂ ਗੱਲ ਕਰ ਰਿਹਾ ਸੀ ਦੋ ਡੀਜੀਪੀ ਬਦਲੇ ਗਏ ਤਿੰਨ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਬਦਲੇ ਗਏ ਸਾਰੇ ਐਸ ਐਸ ਪੀਸ ਤੇ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਸੀਂ ਇਹ ਕੇਸ ਦਰਜ ਕਰੋ ਇੱਕ ਐਫ ਆਈ ਆਰ ਰਾਤ ਦੇ ਹਨੇਰੇ ਚ ਦਰਜ ਕੀਤੀ ਜਾਂਦੀ ਹੈ ਸਾਰੀ ਦਿਹਾੜੀ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਜਾਂਦੀ ਜਿਹੜੀ ਲੀਗਲ ਰਾਈਟ ਹੈ ਇਲਾਕਾ ਅਨਮੋਲ ਗੁਲਾਟੀ ਇਸੇ ਖਬਰ ਤੇ ਜਾਣਕਾਰੀ ਦੇ ਸਾਂਝ ਪਾਉਣਗੇ ਕਿ ਬਿਕਰਮ ਸਿੰਘ ਮਜੀਠੀਆ ਹੈ ਕਿੱਥੇ ਨੇ ਕਿੱਥੇ ਕਿੱਥੇ ਜਿਹੜੇ ਉਹ ਰੇਡ ਪੰਜਾਬ ਦੀ ਪੁਲਿਸ ਵੱਲ ਹੋਈ ਹੈ ਅਨਮੋਲ ਤਾਜ਼ਾ ਜਾਣਕਾਰੀ ਬਿਕਰਮ ਸਿੰਘ ਮਜੀਠੀਆ ਦੀ ਹਾਸਲ ਕਰਨੀ ਚਾਹਾਂਗੇ ਜੇ ਬਿਲਕੁਲ ਕਿਸ਼ਨ ਜੇਕਰ ਆਪਾਂ ਸ਼ੁਰੂਆਤ ਤੋਂ ਇਸ ਮੁੱਦੇ ਨੂੰ ਇੱਕ ਵਾਰੀ ਵੇਖੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਕੀ ਹੈ ਸਰਕਾਰ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਡਰੱਗਸ ਦੇ ਇਸ਼ੂ ਦੇ ਵਿੱਚ ਇਨਵੋਲਡ ਨੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਸੀਗਾ ਕਿ ਜੇਕਰ ਕੋਈ ਸਬੂਤ ਹੈ ਜੇਕਰ ਕੋਈ ਤੱਥ ਹੈਗੇ ਤਾਂ ਉਹਨਾਂ ਨੂੰ ਪੇਸ਼ ਕੀਤਾ ਜਾਵੇ ਜਿਹੜੀ ਐਫ ਆਈ ਆਰ ਉਹ ਦਰਜ ਕਰਾਈ ਜਾਵੇ ਹੁਣ ਪਰਸੋ ਜਿਹੜੀ ਐਫ ਆਈ ਆਰ ਦਰਜ ਹੋ ਜਾਂਦੀ ਹੈ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਧਾ ਤੌਰ ਤੇ ਅਲਿਗੇਸ਼ਨ ਲਾਏ ਜਾਂਦੇ ਨੇ ਕਿ ਜਿਹੜਾ ਕੀ ਹੈ ਇਹ ਪੂਰਾ ਪੋਲਿਟਿਕਲ ਵੈਂਡੇਟਾ ਜਿਹੜਾ ਕੀ ਉਹ ਕੀਤਾ ਜਾ ਰਿਹਾ ਹੈ ਸਿਆਸੀ ਤੌਰ ਤੇ ਇਸ ਐਫ ਆਈ ਆਰ ਨੂੰ ਵੇਖਿਆ ਜਾਵੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਅਫਸਰ ਦੇ ਥਰੂ ਇਹ ਜਿਹੜੀ ਐਫਆਈਆਰ ਕਰਵਾਈ ਗਈ ਉਹਦਾ ਵੀ ਬੈਕਗਰਾਉਂਡ ਦੱਸਿਆ ਕਿਹਾ ਗਿਆ ਇਹ ਵੀ ਮਤਲਬ ਦਰਸ਼ਾਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਸ ਅਫਸਰ ਨੇ ਇਹ ਐਫਆਈਆਰ ਕੀਤੀ ਹੈ ਉਹਦਾ ਆਪਣਾ ਹੀ ਜਿਹੜਾ ਕਿਹਾ ਜਾ ਸਕਦਾ ਕਿ ਆਪਣਾ ਹੀ ਕਿਤਨਾ ਕਿਤਕ ਕਲੀਅਰ ਇੱਕ ਕਰੀਅਰ ਨਹੀਂ ਹੈ ਜਿਹਦੇ ਕਰਕੇ ਉਹਨਾਂ ਦਾ ਵੀ ਅਲੀਗੇਸ਼ਨ ਕਾਫੀ ਲੱਗੇ ਹੋਏ ਜਿਹਦੇ ਕਰਕੇ ਉਹਦੀ ਗੱਲ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹਰਪ੍ਰੀਤ ਸਿੱਧੂ ਜਿਹੜੇ ਕਿ ਐਸਟੀਐਫ ਦੇ ਮੁਖੇ ਸੀ ਮੁਖੀ ਸੀਗੇ ਉਹਨਾਂ ਤੋਂ ਤੇ ਅਲੀਗੇਸ਼ਨ ਲਾਇਕ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਮੈਂਸ਼ਨ ਕੀਤਾ ਕਿ ਮੈਂ ਜਿਹੜਾ ਕਿਹਾ ਮਜੀਠੀਆ ਪਰਿਵਾਰ ਤੋਂ ਸੰਬੰਧਿਤ ਹਾਂ ਲੇਕਿਨ ਕੁਝ ਸਾਲਾਂ ਤੋਂ ਸਾਡੀ ਗੱਲਬਾਤ ਵੀ ਨਹੀਂ ਹੋ ਰਹੀ ਇਸ ਸਾਫ ਤੌਰ ਤੇ ਕਿਹਾ ਜਾਵੇ ਕਿ ਪਰਸਨਲ ਦੁਸ਼ਮਣੀ ਇਹਦੇ ਵਿੱਚ ਜ਼ਰੂਰ ਦਿਖਾਈ ਗਈ ਹੈ ਹਾਲਾਂਕਿ ਸਰਕਾਰ ਕਹਿੰਦੀ ਹੈ ਕਿ ਛਾਪੇ ਮਾਰੀਆਂ ਚੱਲ ਰਹੀਆਂ ਹਨ ਲੁਕਆਊਟ ਨੋਟਿਸ ਜਿਹੜਾ ਕਿਿਆ ਜਾਰੀ ਕੀਤਾ ਗਿਆ ਲੇਕਿਨ ਅੱਜ ਬੰਟੀ ਰੋਮਾਨਾ ਵੱਲੋਂ ਸਾਫ ਤੌਰ ਤੇ ਇਹ ਚੀਜ਼ ਕਲੀਅਰ ਕੀਤੀ ਗਈ ਕਿ ਮਜੀਠੀਆ ਸਾਹਿਬ ਆਪਣੇ ਹਲਕੇ ਮਜੀਠਾ ਦੇ ਵਿੱਚ ਘੁੰਮਦੇ ਨੇ ਲੋਕਾਂ ਨੂੰ ਮਿਲ ਰਹੇ ਨੇ ਤੇ ਕੋਈ ਉਹਨਾਂ ਨੂੰ ਆ ਕੇ ਪੁਲਿਸ ਆ ਕੇ ਫੜਨੇ ਰਹੀ ਇਸ ਸੱਭ ਦੇ ਵਿੱਚ ਆਮ ਆਦਮੀ ਪਾਰਟੀ ਵੀ ਆਉਂਦੀ ਹੈ ਆਮ ਆਦਮੀ ਪਾਰਟੀ ਵੱਲੋਂ ਅਲੀਗੇਸ਼ਨ ਲਾਇਆ ਜਾਂਦਾ ਹੈ ਕਿ ਸਿਰਫ ਦਿਖਾਵਾ ਕੀਤਾ ਜਾ ਰਿਹਾ ਹੈ ਜੇਕਰ ਸਰਕਾਰ ਦੀ ਗੱਲ ਸੁਣੀ ਹੈ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਰੇਡਸ ਵੀ ਕੀਤੀ ਜਾ ਰਹੀਆਂ ਜੇ ਸਰਕਾਰ ਰੇਡ ਕਰ ਰਹੀ ਹੈ ਜੇ ਵਿਕਰਮ ਸਿੰਘ ਮਜੀਠੀਆ ਆਪਣੇ ਮਜੀਠਾ ਹਲਕੇ ਦੇ ਵਿੱਚ ਫਿਰ ਵੀ ਘੁੰਮ ਰਹੇ ਹਨ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲੋਂ ਇਹ ਅਲਿਗੇਸ਼ਨ ਲਾਇਆ ਜਾਂਦਾ ਹੈ ਕਿ ਸਿਰਫ ਡਰਾਮਾ ਕ੍ਰੀਏਟ ਕੀਤਾ ਜਾ ਰਿਹਾ ਹੈ ਲੇਕਿਨ ਸਾਫ਼ ਤੌਰ ਤੇ ਗੱਲ ਕੀਤੀ ਜਾਵੇ ਕਿ ਤਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹੋ ਜਿਹਾ ਐਕਸ਼ਨ ਜਿਹੜਾ ਕਿ ਸਰਕਾਰ ਵੱਲੋਂ ਲਿਆ ਗਿਆ ਉਹਦੇ ਵਿੱਚ ਕਿਤੇ ਨਾ ਕਿਤੇ ਸਵਾਲ ਵੀ ਜ਼ਰੂਰ ਉੱਠ ਰਹੇ ਨੇ ਕਿਤਨੇ ਸਵਾਲਾਂ ਦਾ ਮੁੱਲ ਸਵਾਲ ਬਹੁਤ ਨੇ ਸਵਾਲ ਇਹ ਵੀ ਨੇ ਕਿ ਵਿਕਰਮ ਮਜੀਠੀਆ ਆਪਣੇ ਘਰ ਤੋਂ ਬਿਨਾਂ ਸੁਰੱਖਿਆ ਤੋਂ ਕਿਵੇਂ ਨਿਕਲੇ ਇਸ ਸੋਸ ਰੱਖਿਆ तमाम ਲਾਮ ਲਸ਼ਕਰ ਵਿਕਰਮਜੀਤਨ ਵੇਖਦੇ ਹੀ ਰਹਿ ਗਿਆ ਕਿ ਆਖਰਕਾਰ ਜਨਾਬ ਚਲੇ ਕਿੱਥੇ ਗਿਆ ਬਾਦ ਸ਼ੁਕਰੀਆ ਫਿਲਹਾਲ ਤਿੱਕੜੀ ਪੁਲਿਸ ਵਕ ਵਕ thamte ਰੇਡ ਕਰ ਰਹੀ ਹੈ